ਆਸਾਰ ਤਪੰਦਾ ਤਿਸ ਲਗੈ ਹਰ ਨਹਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦਿਆਸ ਦੁਜੈ ਭਾਇ ਵਿਗੁਚੀਐ ਗਲ ਪੈਸ ਜਮ ਕੀ ਫਾਸ ਜੇਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਾਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਗੁਰੂ ਸਵਾਰੀ ਸਾਧ ਸੰਗਤ ਪਵਿੱਤਰ ਬਾਣੀ 12 ਮਾਹ ਦੀ ਵਿਚਾਰ ਲੜੀਵਾਰ ਹੋ ਰਹੀ ਹੈ। ਆਰੰਭ ਵਿੱਚ ਦਾਸ ਨੇ ਬੇਨਤੀ ਕੀਤੀ ਸੀ ਕਿ ਗੁਰੂ ਪਾਤਸ਼ਾਹ ਜੀ ਨੇ ਇਸ ਪਵਿੱਤਰ ਬਾਣੀ ਦੇ ਉਚਾਰਨ ਕਰਨ ਸਮੇਂ ਰੁੱਤਾਂ ਦਾ ਖਾਸ ਤੌਰ 'ਤੇ ਧਿਆਨ ਰੱਖਿਆ ਅਤੇ ਰੁੱਤਾਂ ਦੀ ਤਬਦੀਲੀ ਨਾਲ ਜੋ ਕੁਦਰਤ ਦੇ ਰੰਗਾਂ ਵਿੱਚ ਤਬਦੀਲੀ ਆਉਂਦੀ ਹੈ ਉਹਦਾ ਪ੍ਰਭਾਵ ਮਨੁੱਖੀ ਮਨ ਉੱਤੇ ਅਤੇ ਤਨ ਉੱਤੇ ਪੈਂਦਾ। ਤੋ ਹੁਣ ਜਦੋਂ ਅਸੀਂ ਅਹਾੜ ਦੇ ਮਹੀਨੇ ਜਿਸ ਨੂੰ ਆਮ ਅਸੀਂ ਆਪਣੀ ਠੇਠ ਪੰਜਾਬੀ ਬੋਲੀ ਵਿੱਚ ਅਹਾੜ ਕਹਿੰਦੇ ਹਾਂ, ਗੁਰਬਾਣੀ ਵਿੱਚ ਉਸਨੂੰ ਆਸਾੜ ਕਿਹਾ ਹੈ। ਉਚਾਰਨ ਦਾ ਹੀ ਅੰਤਰ ਹੈ ਕਿਉਂਕਿ ਪੁਰਾਤਨ ਗ੍ਰੰਥਾਂ ਵਿੱਚ ਇਸ ਨੂੰ ਆਸਾੜ ਹੀ ਲਿਖਿਆ। ਇਹ ਮਹੀਨਾ ਤਪਸ਼ ਦੇਣ ਵਾਲਾ ਹੈ, ਧਰਤੀ ਵੀ ਤਪਦੀ ਹੈ, ਆਸਮਾਨ ਵੀ ਤਪਦਾ ਹੈ, ਸਾਰਾ ਆਲਾ ਦੁਆਲਾ ਤਪ ਜਾਂਦਾ। ਅਤੇ ਜਦੋਂ ਬਾਹਰ ਤਪਸ਼ ਹੋਵੇ ਤਾਂ ਮਨੁੱਖ ਦੇ ਸਰੀਰ ਨੂੰ ਵੀ ਤਪਸ਼ ਮਹਿਸੂਸ ਹੁੰਦੀ, ਪਰ ਗੁਰਦੇਵ ਅੰਤਰੀਵ ਆਤਮੇ ਮਨ ਦੀ ਗੱਲ ਕਰਦੇ ਨੇ। ਫਰਮਾਉਂਦੇ ਨੇ ਆਸਾਰ ਤਪੰਦਾ ਤਿਸ ਲਗੈ, ਤਿਸ ਦੇ ਸੱਸੇ ਨੂੰ ਔਂਕੜ ਹੈ, ਉਸ ਪ੍ਰਾਣੀ ਨੂੰ, ਉਸ ਜੀਵ ਇਸਤਰੀ ਨੂੰ ਇਹ ਆਸਾੜ ਦਾ ਮਹੀਨਾ ਤਪਸ਼ ਦੇਣ ਵਾਲਾ ਲੱਗਦਾ ਹੈ। ਕਈ ਵਿਦਵਾਨਾਂ ਨੇ ਅਰਥ ਕੀਤੇ ਨੇ ਉਹ ਜੀਵ ਇਸਤਰੀ ਇਉਂ ਤਪਦੀ ਹੈ ਜਿਵੇਂ ਹਾੜ ਦਾ ਮਹੀਨਾ ਤਪਦਾ ਹੈ। ਤੋ ਗੱਲ ਕੀ ਦੱਸਣਾ ਇਹ ਚਾਹੁੰਦੇ ਨੇ ਕਿ ਜੇ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਪ੍ਰੀਤ ਨਹੀਂ ਅਤੇ ਉਹਦੇ ਵਾਸਤੇ ਇਹ ਹੜ੍ਹ ਦਾ ਮਹੀਨਾ ਇਉਂ ਤਪਸ਼ ਦੇਣ ਵਾਲਾ। ਆਸਾੜ ਤਪੰਦਾ ਤਿਸ ਲਗੈ ਹਰ ਨਾਹ ਨ ਜਿੰਨਾ ਪਾਸ। ਹਰ ਨਾਹ, ਇੱਥੇ ਨਾਹ ਦੇ ਹਾਏ ਨੂੰ ਔਂਕੜ ਹੈ। ਕੁਝ ਪ੍ਰੇਮੀਆਂ ਨੂੰ ਨਾਹੋ ਪੜ੍ਹਦੇ ਨੇ, ਜਦੋਂ ਕਿ ਹਾਏ ਦਾ ਔਂਕੜ ਨਾਉਣ ਪੁਲਿੰਗ ਇੱਕ ਵਚਨ ਦਾ ਸੂਚਕ ਹੈ ਜਿਹਦਾ ਮਤਲਬ ਹੈ ਕਿ ਜਿਨ੍ਹਾਂ ਪ੍ਰਾਣੀਆਂ ਦੇ ਕੋਲ ਹਰ ਨਾਹ ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਸਿਮਰਨ ਨਹੀਂ ਹੈਗਾ, ਭਾਵ ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਹਨ, ਜਿਹੜੇ ਪਰਮਾਤਮਾ ਦੀ ਹਸਤੀ ਤੋਂ ਵਿਛੜੇ ਹੋਏ ਹਨ, ਉਹਨਾਂ ਨੂੰ ਇਹ ਹਾੜ ਦਾ ਮਹੀਨਾ ਤਪਸ਼ ਦੇਣ ਵਾਲਾ ਲੱਗਦਾ ਹੈ ਤਥਾ ਉਹ ਤਪਦੇ ਹਨ। ਆਸਾਰ ਤਪੰਦਾ ਤਿਸ ਲਗੈ ਹਰ ਨਾਹ ਨ ਜਿੰਨਾ ਪਾਸ। ਇਹ ਜਿੰਨਾ ਅੱਖਰ ਹੈ ਇਹਦੇ ਨੰਨੇ ਦੇ ਪੈਰ ਥੱਲੇ ਅੱਧਾ ਹਾਹਾ, ਇਸ ਨੂੰ ਥੋੜ੍ਹਾ ਜਿਹਾ ਭਾਰਾ ਕਰਕੇ ਬੋਲਣਾ, ਜਿੰਨਾ ਨਹੀਂ ਕਹਿਣਾ, ਜਿੰਨਾ ਕਹਿਣਾ। ਜਗ ਜੀਵਨ ਪੁਰਖ ਤਿਆਗ ਕੈ
ਮਾਨਸ ਸੰਧੀ ਆਸ, ਜਿਹਨਾਂ ਜੀਵ ਇਸਤਰੀਆਂ ਨੇ ਉਸ ਪਰਮਾਤਮਾ ਨੂੰ ਜੋ ਜਗ ਜੀਵਨ ਹੈ, ਸਾਰੇ ਜਗਤ ਨੂੰ ਜੀਵਨ ਦਾਨ ਦੇਣ ਵਾਲਾ, ਐਸੇ ਪੁਰਖ ਨੂੰ ਤਿਆਗ ਕੇ, ਭੁੱਲ ਕੇ, ਵਿਸਾਰ ਕੇ, ਮਾਨਸ ਸੰਧੀ ਆਸ, ਜਿਨ੍ਹਾਂ ਨੇ ਮਨੁੱਖਾਂ ਦੀ ਆਸ ਕਰ ਲਈ। ਅਤੇ ਗੁਰਬਾਣੀ ਗੁਰੂ ਜੀ ਦਾ ਗਿਆਨ ਇਹ ਕਹਿੰਦਾ ਕਿ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕਹਿ ਦੀਏ ਰਹੇ ਅਘਾਏ, ਬਹੁਰ ਨਾ ਤਿਸਨਾ ਲਾਗੈ ਆਏ। ਆਮ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਮਨੁੱਖ ਦਾ ਸੁਭਾਵ ਹੈ, ਇਹ ਕਹਿੰਦਾ ਮੇਰੇ ਪੁੱਤਰ ਹਨ, ਮੇਰੇ ਭਰਾ ਹਨ, ਮੇਰੇ ਰਿਸ਼ਤੇਦਾਰ ਹਨ। ਉਸ ਪਰਮਾਤਮਾ ਦੀ ਹਸਤੀ ਨੂੰ ਇਹ ਭੁੱਲ ਜਾਂਦਾ ਅਤੇ ਇਹਨਾਂ ਦੇ ਪਿਆਰ ਮੋਹ ਵਿੱਚ ਖਚਤ ਹੋ ਜਾਂਦਾ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਪਰ ਜਿਹੜੀ ਮਨੁੱਖਾਂ ਦੀ ਆਸ ਹੈ ਉਹ ਕਿਤਨੀ ਕੁ ਦੇਰ ਤੱਕ ਨਿਭ ਸਕਦੀ। ਉਹਦੀ ਦੌੜ 'ਤੇ ਭੀਤ ਉਪਰੇ ਕੇ ਤਕਦਾਈ ਹੈ, ਅੰਤ ਔਰ ਕੋ ਆਹਾ। ਭੀਤ ਕਹਿੰਦੇ ਨੇ ਕੰਧ ਨੂੰ, ਜਿਵੇਂ ਕੰਧ ਦੇ ਉੱਤੇ ਕੋਈ ਦੌੜਨ ਲੱਗ ਪਵੇ ਅਤੇ ਕਿੰਨਾ ਕੁ ਦੌੜੇਗਾ, ਆਖਰਕਾਰ ਕੰਧ ਨੇ ਮੁੱਕ ਜਾਣਾ ਅਤੇ ਉਹਦੀ ਦੌੜ ਵੀ ਮੁੱਕ ਜਾਣੀ। ਇਸੇ ਤਰ੍ਹਾਂ ਜਿਹੜੀ ਮਨੁੱਖਾਂ ਦੀ ਪ੍ਰੀਤ ਹੈ ਇਹ ਬਹੁਤ ਲੰਮੇ ਸਮੇਂ ਤੱਕ ਨਿਭਣ ਵਾਲੀ ਨਹੀਂ ਹੈਗੀ। ਬਾਣੀ ਤਾਂ ਇੱਥੇ ਤੱਕ ਕਹਿੰਦੀ ਕਿ ਜਿਤ ਦਿਨ ਸਵਾਓ ਹੋਏ ਨਾ ਆਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਜਿਸ ਦਿਨ ਕਿਸੇ ਰਿਸ਼ਤੇਦਾਰ ਦਾ, ਮਿੱਤਰ ਦਾ ਸਵਾਰਥ ਪੂਰਾ ਨਹੀਂ ਕਰ ਸਕੋ, ਉਹ ਤੁਹਾਡੇ ਨੇੜੇ ਵੀ ਨਹੀਂ ਟੁੱਕੇਗਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਸ ਜਗਤ ਦੀ ਪ੍ਰੀਤ ਤਾਂ ਝੂਠੀ ਹੈ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨ ਬਾਰ। ਬਾਰੂ ਭੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ। ਤੈਸੇ ਹੀ ਇਹ ਸੁਖ ਮਾਇਆ ਕੇ, ਉਰਜੋ ਕਾਂ ਗਵਾਰ। ਮਨੁੱਖਾਂ ਦੀ ਪ੍ਰੀਤ ਅਧੂਰੀ ਹੈ, ਕਿਉਂਕਿ ਮਨੁੱਖ ਆਪਣੇ ਸਵਾਰਥ ਨਾਲ, ਮਤਲਬ ਨਾਲ ਸੰਬੰਧ ਰੱਖਦੇ ਨੇ। ਇਹ ਠੀਕ ਹੈ ਕਿ ਕਈ ਵਾਰੀ ਮੋਹ ਵਿੱਚ ਫਸੇ ਬੰਦਿਆਂ ਨੂੰ ਇਹ ਗੱਲ ਕੂੜੀ ਲੱਗਦੀ, ਪਰ ਜਦੋਂ ਇਹ ਸੱਚ ਵਾਪਰਦਾ ਹੈ ਫਿਰ ਉਹਨਾਂ ਨੂੰ ਤਲਖ ਤਜਰਬਾ ਹੁੰਦਾ। ਪਰ ਜੋ ਗੁਰੂ ਪਾਤਸ਼ਾਹ ਕਹਿ ਰਹੇ ਨੇ ਉਹ 16 ਨੇ ਠੀਕ ਪੱਥਰ 'ਤੇ ਲਿਖ। ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਹਾੜ੍ਹ ਦਾ ਮਹੀਨਾ ਤਪਸ਼ ਦੇਣ ਵਾਲਾ ਦੁਖਦਾਈ ਲੱਗਦਾ, ਜਿਨ੍ਹਾਂ ਨੇ ਪਰਮਾਤਮਾ ਦਾ ਪੱਲਾ ਛੱਡ ਦਿੱਤਾ। ਅਤੇ ਕਿਹਨਾਂ ਦਾ ਪੱਲਾ ਫੜਿਆ? ਮਨੁੱਖਾਂ ਦਾ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੁਇਐ ਭਾਏ ਵਿਗੁਚੀਐ। ਦੁਇਐ ਭਾਏ, ਦੱਦੇ ਨੂੰ ਔਂਕੜੀ ਹੈਏ ਨੂੰ ਦੋ ਦਲਾਵਾਂ ਨੇ। ਦੁਇਐ, ਦੂਜੇ ਭਾਵ, ਭਾਵ ਪਰਮਾਤਮਾ ਦਾ ਪਿਆਰ ਛੱਡ ਕੇ ਦੂਜੇ ਭਾਵ ਵਿੱਚ ਤਥਾ ਮਾਇਆ ਦੇ ਸੰਬੰਧਾਂ ਵਿੱਚ ਜਿਹੜੇ ਜੁੱਟ ਗਏ ਨੇ, ਵਿਗੁੱਚੀ ਹੈ, ਉਹਨਾਂ ਨੂੰ ਖੱਜਲ ਖੁਆਰੀ ਹੁੰਦੀ ਹੈ, ਉਹ ਦੁਖੀ ਹੁੰਦੇ ਨੇ। ਗੱਲ ਪਈ ਸਜਮ ਕੀ ਫਾਸ, ਇੱਥੇ ਹੁਣ ਗੱਲ ਦੇ ਲੱਲੇ ਨੂੰ ਸਿਹਰੀ ਹੈ, ਉਹਨਾਂ ਦੇ ਗੱਲ ਵਿੱਚ ਜਮਾਂ ਦੀ ਫਾਹੀ ਪੈ ਜਾਂਦੀ, ਕਿਉਂਕਿ ਉਹ ਮੋਹ ਦੇ ਕਾਰਨ, ਮਮਤਾ ਦੇ ਕਾਰਨ ਇੰਨੇ ਫਸ ਜਾਂਦੇ ਨੇ ਕਿ ਉਹਨਾਂ ਮੋਹ ਦੀਆਂ ਤੰਦਾਂ ਤੋਂ ਛੁੱਟਣਾ ਉਹਨਾਂ ਲਈ ਬੜਾ ਮੁਸ਼ਕਲ ਹੋ ਜਾਂਦਾ। ਭਗਤ ਤਰਲੋਚਨ ਜੀ ਨੇ ਬੜਾ ਸੁੰਦਰ ਕਿਹਾ ਕਿ ਅੰਤਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵਲ ਵਲ ਔਤਰੇ। ਅੰਤਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਵਲ ਵਲ ਔਤਰੇ। ਅੰਤਕਾਲ ਜੋ ਲੜਕੇ ਸਿਮਰੇ,
ऐसी चिंता में जे मरे, शुकर जोन वल वल अवतरे, अंतकाल जो स्त्री से मरे, विश्वा जोन वल वल अवतरे। पाप जिन्हों का सारा जीवन इन्हों की प्रीत विच बीतदा, वह फिर अंत वेले उन्हां दे मोह नूं छड नहीं सकते, ते ना छड़न करके उन्हां नूं फिर इन्हां जूनियां विच पटकना पैंदा। ते अंतकाल नारायण सिमरे, ऐसी चिंता मैं जे मरे, बदत तिलोचन ते नर मुक्ता, पीतंबर वाके हृदय बसे। जिहड़े मनुख ये आस करते ने कि असीं अंत वेले याद कर लवांगे, ना भाई, अंत वेले दा कोई पता नहीं कैसा आवे। कबीर जी कहते हैं, कबीर क्या जाना कि वह मरेंगे, कैसा मरना होए, की पता है अंत वेला कि हो जावे। इसलिए जीवन विच ही उस परमात्मा नाल प्यार पाइए, जे नहीं पावांगे तो दुया भाए विगुची है, गल पई सजम की फास। फिर कई बारी देखने में आता है कि लोग कहते हैं, वो जी परमात्मा ने साडे नाल बेइंसाफी की। गुरुदेव कहते हैं, नहीं, ये भुलेखा, परमात्मा कदे किसी नाल बेइंसाफी नहीं करता। जेहा बीजै सो लुणै, मथै जो लिखियास। आख्या कुदरत दा ये नियम है कि जिहो जे बीज असी बीजांगे उहो जे उगणगे, जिहो जे उगणगे उहो जे वढांगे। भाव परमात्मा कदे किसी नाल बेइंसाफी नहीं करता। जेहा बीजै सो लुणै, मथै जो लिखे आस। और उस बीजे अनुसार जो कुछ साडे मथे ते लिखिया हुंदा है वह भुगतना पैंदा। रहण वेहाणी पछताणी, उठ चली गई निराश। जदों संभलण की लोड़ है असी संभलते नहीं, उदों तां बच्चियां दा मोह, इस्त्री दा मोह, होर चीज़ां दा मोह सानू घेरी रखता। और नतीजा की निकलता कि रहण बेहानी, जिंदगी रूपी रात बीत जाती, पछताणी, फिर पछतावा रह जाता। उठ चली गई निराश, फिर इत्थों संसार छड के जाना पैंदा। और बड़ी निराशता नाल जांदी कि जो मैं करना सी वो नहीं कीता, या जिन्हां नाल मैं प्यार पाया वो मेरे नाल निभे नहीं। कबीर जी तो बहुत सुंदर कहंदे, मन मेरे भूले कपट न कीजै, अंत नवेरा तेरे जी पै लीजै। मनुखी करदा सारी जिंदगी, बहु प्रपंच कर पर धन लियावै, सुतदारा पै अन लुटावै। मन मेरे भूले कपट न कीजै, अंत न भेरा तेरे जी पै लीजै। छिन छिन तन छीजै, जरा जनावै, तब तेरी ओक कोई पानियो ना पावै। कहत कबीर कोई नहीं तेरा, हृदय राम की ना जपै सवेरा। रहण विहानी पछताणी, उठ चली गई निराश। फिर पातशाह कहंदे ने, जिनको साधु भेटी है सो दरगाह होए खलास। जिन्हां नू गुरु साधु दी भेट हो जाती है, संगत मिल जाती है, तथा जिहड़े इस मनुखा जीवन विच गुरु दे दसे राह ते तुर पैंदे, सो दरगाह होए खलास। हुण इस नू आम प्रेमी दरगाह बोलदे ने, जदों के असल शब्द ददा रारा गगा हाहा दरगाह गुरबाणी विच बहुत वारी आउंदा है। ये जिहड़ी हाए नू सिहरी है, इहदा अर्थ है दरगाह विच, जिहड़े उस गुरु दी संगत विच परमेश्वर दा नाम जपदे ने, उह दरगाह विच खलास हुंदे ने। भाव उहनां नू कोई बंधन नहीं पैंदा, उह आज़ाद हो के परमात्मा दी दरगाह विच जांदे हन। जिन को साधु भेटी है सो दरगाह होए खलास। तां ते गुरदेव कहंदे ने, आओ अरदास करी, कर कृपा प्रभ अपनी। इत्थे हुण प्रभ संबोधन है, हे प्रभु,
ਸਾਡੇ 'ਤੇ ਆਪਣੀ ਮਿਹਰ ਕਰੋ, ਸਾਡੇ 'ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰੋ। ਤੇਰੇ ਦਰਸ਼ਨ ਹੋਏ ਪਿਆਸ, ਸਾਡੇ ਅੰਦਰ ਤੁਹਾਡੇ ਦਰਸ਼ਨਾਂ ਦੀ ਪਿਆਸ ਚਾਹਨਾ ਹੋ ਜਾਏ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਫਿਰ ਇੱਥੇ ਪ੍ਰਭ ਸੰਬੋਧਨ ਹੈ। ਇਹ ਮੈਂ ਇਸ ਲਈ ਵਾਰ ਵਾਰ ਕਹਿੰਦਾ ਕਿ ਜਦੋਂ ਅਸੀਂ ਇਹ ਗੱਲ ਸਮਝ ਕੇ ਪਾਠ ਕਰਾਂਗੇ ਕਿ ਇੱਥੇ ਸੰਬੋਧਨ ਹੈ, ਇੱਥੇ ਪ੍ਰਭੂ ਨਾਉਣ ਹੈ, ਇੱਥੇ ਪ੍ਰਭੂ ਨੇ ਆ ਕੰਮ ਕੀਤਾ ਹੈ, ਇਹ ਪਛਾਣ ਮਾਤਰਾਵਾਂ ਤੋਂ ਹੋਵੇਗੀ। ਪ੍ਰਭ ਦੇ ਭੱਬੇ ਨੂੰ ਸਿਆਰੀ ਲੱਗ ਜਾਏ ਅਤੇ ਪ੍ਰਭੂ ਨੇ ਇਹ ਕੰਮ ਕੀਤਾ। ਪ੍ਰਭ ਦੇ ਭੱਬਾ ਔਂਕੜ ਹੋਵੇ, ਪ੍ਰਭੂ ਨਾਉਣ ਪੁਲਿੰਗ ਇੱਕ ਵਚਨ ਹੈ, ਪਰ ਜਦੋਂ ਪ੍ਰਭ ਦਾ ਭੱਬਾ ਮੁਕਤਾ ਹੋਵੇ ਫਿਰ ਉਹਨੂੰ ਸੰਬੋਧਨ ਕੀਤਾ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਮੇਰਾ ਹੋਰ ਦੂਜਾ ਕੋਈ ਆਸਰਾ ਨਹੀਂ। ਨਾਨਕ ਕੀ ਅਰਦਾਸ, ਇੱਥੇ ਨਾਨਕ 'ਤੇ ਰੁਕਣਾ ਨਹੀਂ, ਭਾਵੇਂ ਨਾਨਕ ਦਾ ਕੱਕਾ ਮੁਕਤਾ ਪਰ ਨਾਲ ਕੀ ਆ ਗਿਆ। ਨਾਨਕ ਦੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ। ਕੀ ਅਰਦਾਸ ਹੈ? ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਹੇ ਵਾਹਿਗੁਰੂ ਮੇਰੇ 'ਤੇ ਆਪਣੀ ਮਿਹਰ ਕਰੋ, ਮੇਰੇ ਹਿਰਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਕਿਉਂਕਿ ਮੈਨੂੰ ਸਮਝ ਆ ਗਈ ਗੁਰੂ ਕਿਰਪਾ ਨਾਲ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਹੇ ਵਾਹਿਗੁਰੂ ਤੁਹਾਡੇ ਤੋਂ ਬਿਨਾਂ ਸਦਾ ਨਾਲ ਨਿਭਣ ਵਾਲਾ ਕੋਈ ਵੀ ਸੰਗੀ ਨਹੀਂ। ਇਹ ਸਾਰੇ ਜਿਤਨੇ ਸੰਗੀ ਸਾਥੀ ਹਨ, ਇਹ ਜੀਵਤ ਕੋ ਵਿਵਹਾਰ ਹੈ, ਜਗ ਕੋ ਤੁਮ ਜਾਣੋ। ਇਹ ਤਾਂ ਜਿਉਂਦਿਆਂ ਦੇ ਸਾਥੀ, ਜਿਉਂਦਿਆਂ ਦੇ ਮਿੱਤਰ, ਮਰ ਜਾਣ ਤੋਂ ਬਾਅਦ ਕੌਣ ਕਿਸੇ ਦਾ ਸਾਥੀ ਬਣ? ਮਰ ਜਾਣ ਤੋਂ ਬਾਅਦ ਤਾਂ ਸਾਥੀ ਹੈ ਅਤੇ ਪਰਮੇਸ਼ੁਰ ਦਾ ਨਾਮ ਹੈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਲਓ ਹੁਣ ਪਾਤਸ਼ਾਹ ਨਿਚੋੜ ਕਰਦੇ ਨੇ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਆਸਾੜ ਇਹ ਮਹੀਨਾ ਭਾਵੇਂ ਤਪਸ਼ ਦੇਣ ਵਾਲਾ, ਪਰ ਉਹਨਾਂ ਜੀਵ ਇਸਤਰੀਆਂ ਨੂੰ ਸੁਹੰਦਾ, ਸੋਹਣਾ, ਸੁਖਦਾਈ ਲੱਗਦਾ, ਜਿਸ ਮਨ ਹਰ ਚਰਨ ਨਿਵਾਸ। ਮਨ ਦੇ ਨੰਨੇ ਨੂੰ ਸਿਆਰੀ ਹੈ, ਜਿਸ ਦੇ ਮਨ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਹੋ ਗਿਆ, ਭਾਵ ਜਿਸ ਦੀ ਹਰੀ ਚਰਨਾਂ ਨਾਲ ਬਣ ਆਈ ਹੈ। ਇਸ ਲਈ ਪਾਤਸ਼ਾਹ ਵਾਰ ਵਾਰ ਪ੍ਰੇਰਨਾ ਕਰਦੇ ਨੇ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਸੱਚੇ ਸੇ ਤੀਰਤੇ ਆ ਮਿਲੈ ਨਥਾਵੇਂ ਥਾਂ। ਭਾਈ ਉਹ ਸੱਚੇ ਨਾਲ ਜੁੜਨਾ ਕਰੀਏ, ਫਿਰ ਇਹ ਮਹੀਨਾ ਸੁਖਦਾਈ ਹੈ। ਇੱਕ ਵਾਰੀ ਫਿਰ ਪਾਠ ਧਿਆਨ ਨਾਲ ਸੁਣੋ। ਆਸਾੜ ਤਪੰਦਾ ਤਿਸ ਲਗੈ, ਹਰ ਨਾਹ ਨ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੁਇਐ ਭਾਏ ਵਿਗੁਚੀ ਐ, ਗੱਲ ਪਈ ਸੁਜਮ ਕੀ ਫਾਸ, ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ, ਰਹਿਣ ਵਿਹਾਣੀ ਪਛੁਤਾਣੀ ਉੱਠ ਚਲੀ ਗਈ ਨਿਰਾਸ, ਜਿਨਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਤ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।